ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਰੇ ਦੋਸਤਾਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਦੋਸਤੋ, ਆਓ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਉੱਤੇ ਇੱਕ ਵਾਰੀ ਫਿਰ ਧਿਆਨ ਲਾਈਏ। ਅੱਜ ਦਾ ਪਹਿਲਾ ਪਾਠ ਯਰਮਿਆ ਨਬੀ ਦੀ ਪੁਸਤਕ ਉਸਦਾ 23 ਅਧਿਆਇ 5 ਤੋਂ ਲੈ ਕੇ 8 ਹੈ ਤੱਕ, ਅੱਜ ਦੀ ਅੰਜੀਲ ਮੱਤੀ ਦੀ ਉਸਦਾ ਪਹਿਲਾ ਅਧਿਆਇ 18 ਤੋਂ ਲੈ ਕੇ 25 ਹੈ ਤੱਕ। ਦੋਸਤੋ, ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ ਕਿ ਦੋ ਹੀ ਅੰਜੀਲਕਾਰ ਹਨ ਜੋ ਪ੍ਰਭੂ ਯਿਸੂ ਦੀ ਵੰਸ਼ਾਵਲੀ ਦੇ ਬਾਰੇ ਬਿਆਨ ਕਰਦੇ ਹਨ, ਸੰਤ ਮੱਤੀ ਅਤੇ ਸੰਤ ਲੂਕਾ। ਅਤੇ ਅੱਜ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੰਤ ਯੂਸਫ ਦਾ ਜ਼ਿਕਰ ਆਉਂਦਾ ਹੈ ਅਤੇ ਸੰਤ ਯੂਸਫ ਦੇ ਬਾਰੇ ਵੀ ਇਹ ਦੋਵੇਂ ਅੰਜੀਲਕਾਰ ਮੱਤੀ ਅਤੇ ਲੂਕਾ ਹੀ ਬਿਆਨ ਕਰਦੇ ਹਨ। ਅਤੇ ਉਹਨਾਂ ਨੇ ਆਪਣੀਆਂ ਅੰਜੀਲਾਂ ਦੇ ਵਿੱਚ ਬਹੁਤ ਥੋੜ੍ਹਾ ਸੰਤ ਯੂਸਫ ਦੇ ਬਾਰੇ ਬਿਆਨ ਕੀਤਾ ਹੈ, ਪਰ ਜਿੰਨਾ ਵੀ ਉਹਨਾਂ ਨੇ ਬਿਆਨ ਕੀਤਾ ਹੈ ਉਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕਿਸ ਤਰ੍ਹਾਂ ਸੰਤ ਯੂਸਫ ਨੇ ਇੱਕ ਬਾਪ ਅਤੇ ਇੱਕ ਪਤੀ ਦੀ ਆਪਣੀ ਜ਼ਿੰਮੇਵਾਰੀ ਨੂੰ ਬੇਖੂਬੀ ਢੰਗ ਦੇ ਨਾਲ ਨਿਭਾਇਆ। ਅਤੇ ਦੂਸਰੀ ਗੱਲ ਇਹ ਸੀ ਕਿ ਉਸਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਕੀਤਾ ਅਤੇ ਨਾਲ ਹੀ ਨਾਲ ਉਹ ਮਾਂ ਮਰੀਮ ਦੇ ਨਾਲ, ਜੋ ਖੁਦਾ ਦੀ ਇਸ ਦੁਨੀਆਂ ਨੂੰ ਬਚਾਉਣ ਦੀ ਯੋਜਨਾ ਦੇ ਵਿੱਚ ਉਸਨੇ ਪੂਰਾ ਬਰਾਬਰ ਦਾ ਆਪਣਾ ਯੋਗਦਾਨ ਪਾਇਆ। ਅਤੇ ਪਿਆਰੇ, ਇਹੋ ਕਾਰਨ ਸੀ ਕਿ ਪੋਪ ਪਾਈਸ 9 ਨੇ 1870 ਦੇ ਵਿੱਚ ਉਹਨਾਂ ਨੂੰ ਵਿਸ਼ਵ ਵਿਆਪੀ ਕਲੀਸੀਆ ਦਾ ਸਰਪ੍ਰਸਤ ਘੋਸ਼ਿਤ ਕੀਤਾ। ਅਤੇ ਪਿਆਰੇ, ਇਹੋ ਨਹੀਂ, 8 ਦਸੰਬਰ 2020 ਦੇ ਵਿੱਚ ਪੋਪ ਫਰਾਂਸਿਸ ਨੇ ਜਦੋਂ ਸੰਤ ਯੂਸਫ ਨੂੰ ਵਿਸ਼ਵ ਵਿਆਪੀ ਕਲੀਸੀਆ ਦੇ ਸਰਪ੍ਰਸਤ ਘੋਸ਼ਿਤ ਕੀਤੇ ਜਾਣ ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਸ ਸਾਲ ਨੂੰ ਸੰਤ ਯੂਸਫ ਦੇ ਸਾਲ ਵਜੋਂ ਘੋਸ਼ਿਤ ਕੀਤਾ ਹੈ। ਉਸਦਾ ਕਾਰਨ ਇਹੋ ਹੀ ਹੈ ਕਿ ਉਸਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਕੀਤਾ, ਇੱਕ ਬਹੁਤ ਹੀ ਧਾਰਮਿਕ ਜੀਵਨ ਗੁਜ਼ਾਰਿਆ ਅਤੇ ਨਾਲ ਹੀ ਨਾਲ ਉਸਨੇ ਸੁਪਨਿਆਂ ਦੇ ਵਿੱਚ ਮਿਲੇ ਦਰਸ਼ਨਾਂ ਦੇ ਉੱਤੇ ਵਿਸ਼ਵਾਸ ਕੀਤਾ। ਅਤੇ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਸੁਪਨੇ ਦੇਖਦੇ ਹੋ, ਤੁਸੀਂ ਕਹਾਂਗੇ ਕਿ ਅਸੀਂ ਸੁਪਨੇ ਦੇਖਦੇ ਹਾਂ। ਅਤੇ ਜੇਕਰ ਮੈਂ ਤੁਹਾਨੂੰ ਦੂਜਾ ਸਵਾਲ ਪੁੱਛਾਂ ਕਿ ਤੁਸੀਂ ਸੁਪਨਿਆਂ ਦੇ ਉੱਤੇ ਵਿਸ਼ਵਾਸ ਕਰਦੇ ਹੋ, ਤਾਂ ਉਹਦੇ ਵਿੱਚ ਤੁਹਾਡਾ ਜਵਾਬ ਹੋਏਗਾ ਕਿ ਅਸੀਂ ਵਿਸ਼ਵਾਸ ਨਹੀਂ ਕਰਦੇ ਹਾਂ। ਹਾਂ ਪਿਆਰਿਓ, ਸੰਤ ਯੂਸਫ ਨੇ ਜਦੋਂ ਸੁਪਨਾ ਦੇਖਿਆ ਉਸਨੇ ਵਿਸ਼ਵਾਸ ਕੀਤਾ ਅਤੇ ਜਾ ਕੇ ਮਰੀਮ ਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਆਉਂਦਾ। ਹਾਂ ਪਿਆਰਿਓ, ਮਨੁੱਖ ਜਾਤੀ ਦੀ ਜੋ ਬਚਾਉਣ ਦੀ ਯੋਜਨਾ ਖੁਦਾ ਬਾਪ ਨੇ ਬਣਾਈ ਸੀ, ਸੰਤ ਯੂਸਫ ਉਹਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਹਾਂ ਪਿਆਰਿਓ, ਅਸੀਂ ਸੰਤ ਯੂਸਫ ਨੂੰ ਆਦਰ ਦੇਣਾ ਹੈ, ਉਸਦਾ ਪਿਆਰ ਵੀ ਕਰਨਾ ਹੈ, ਉਸਨੂੰ ਪਿਆਰ ਵੀ ਕਰਨਾ ਹੈ, ਉਹਦੀ ਸਿਫਾਰਿਸ਼ ਵੀ ਮੰਗਣੀ ਹੈ ਅਤੇ ਨਾਲ ਹੀ ਨਾਲ ਅਸੀਂ ਉਹਦੇ ਜੀਵਨ ਤੋਂ ਸਿੱਖਣਾ ਹੈ। ਕੀ ਸਿੱਖਣਾ ਹੈ? ਇੱਕ ਧਰਮੀ ਇਨਸਾਨ ਬਣਨ ਦੇ ਲਈ। ਧਰਮੀ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹਾਂ? ਅਸੀਂ ਖੁਦਾ ਦੇ ਹੁਕਮਾਂ ਅਨੁਸਾਰ ਜੀਵਨ ਗੁਜ਼ਾਰ ਕੇ ਅਤੇ ਨਾਲ ਹੀ ਨਾਲ ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਉਹਨਾਂ ਨੂੰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਪੂਰਾ ਕਰਨ ਦੇ ਦੁਆਰਾ ਅਸੀਂ ਸੰਤ ਯੂਸਫ ਦੇ ਨਕਸ਼ੇ ਕਦਮ 'ਤੇ ਚੱਲ ਸਕਦੇ ਹਾਂ। ਆਓ ਅਸੀਂ ਅੱਜ ਸੰਤ ਯੂਸਫ ਦੀ ਸਿਫਾਰਿਸ਼ ਮੰਗੀਏ ਅਤੇ ਨਾਲ ਹੀ ਨਾਲ ਵਾਅਦਾ ਕਰੀਏ ਕਿ ਅਸੀਂ ਵੀ ਸੰਤ ਯੂਸਫ ਅਤੇ ਮਾਂ ਮਰੀਮ ਦੇ ਵਾਂਗ ਆਪਣੇ ਆਪ ਨੂੰ ਪੂਰੀ ਤੌਰ 'ਤੇ ਤਿਆਰ ਕਰਕੇ ਪ੍ਰਭੂ ਦਾ ਸਵਾਗਤ ਕਰਾਂਗੇ। ਅੱਖਾਂ ਨੂੰ ਬੰਦ ਕਰੋ, ਹੱਥਾਂ ਨੂੰ ਜੋੜੋ, ਦੁਆ ਕਰੀਏ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪ੍ਰਭੂ, ਸੰਤ ਯੂਸਫ ਦੇ ਵਾਂਗ ਸਾਨੂੰ ਵੀ ਵਫ਼ਾਦਾਰ ਰਹਿਣ ਦੇ ਲਈ ਅਤੇ ਖਾਸ ਕਰਕੇ ਜੋ ਵੀ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਹਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਆਸ਼ਿਸ਼ ਅਤੇ ਬਰਕਤ ਦਿਓ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।